टेंडर लग्या सारियां तकरीबन गलियां बन चुकियां। ये दो तीन गलियां रहिंदियां सीगियां क्योंकि साडी ये सोचदे सी भी जिहड़ा सीवरेज पाया जा गली जो पहला बनाई है सानू पहला पिछे कोई प्रॉब्लम आई जिवें गली नाल ही बनाती बनाउण तों बाद उह दब गई। असीं कहिंदे सी भी वधिया तरीके नाल बनाईए भी इह हुण पूरी दब ले मींह मूहे दे पै ले ते हुण मैनूं उम्मीद आ भी इह दबूगी नहीं गी। जिहड़ा वाटर सप्लाई दा उह भी असीं चैक करा के पहला सारा सारे महल्ले वालों गली वाले बेनती भी करती जे किसी का कोई पाइप पैन वाला पहला करवा लो भी बाद कम औखा पट्टन नहीं देनी बाद औखा लगता है फिर दोबारा वो गल बनती है। सारे बेनती की सारे ने कहा भी जे किसी का कोई माड़ा मोटा रहम था किसी का कोई पाइप घर बच्चों पैन वाला जो उन्होंने आप पाना तो उन्होंने बेनती करती भी तुम अपने पा लो तो ताकि आप गली वधिया बना सकी अपने एरिए वधिया सुंदर बना सकी। सिर्फ गली बननी रही है बस हम अभी चेक करनी है चेक वैसे पहला भी की है भी कोई दोबारा लीकेज तो नहीं होगी जी वाटर सप्लाई है जो लीकेज हो जाए आप दोबारा पटते हैं फिर दोबारा तो अपन कम करना पैदा सारा चेक करके ही बनावे सारा मिस्त्री लगे हुए हैं सारा चेक करते जो कोई लीकेज हुई उन्होंने ठीक करा के फिर उस बाद गली बनवावे सारा गली बनाते जड़ियाँ जी लंबी लंबी बना उन्होंने कहता भी है जो भन तोड़ होगी थोड़ी सारे बेनती की सारे समझदार लोग ने कोई ऐसी गल नहीं सारे समझते हैं वो कहते भी सानू कोई इतराज नहीं जो सा गली टुटती है सानू कोई इतराज नहीं साड़ी गली बननी चाहिए सानू कोई इतराज नहीं सारे सहमत हैं इस गल नाल उन्होंने विश्वास भी दवाया भी सानू कोई इतराज नहीं ना असी तुहानू कहांगे भी साडी ना गली बनना सगो सब तो पहला साडे कोल हुण तां इह डिमांड आ कहिंदा मेरे घर मूहरे पहला मेरी गली भन के कर दो दूजे घर मेरी गली भन के कर दो सारे तैयार ने कोई ऐसी गल नहीं है। ਕੀ ਨਾਂ ਜੀ? ਸਰਦਾਰ ਮਿੰਦਰ ਸਿੰਘ। ਹਾਂਜੀ ਅਸੀਂ ਗਲੀ ਦਾ ਉਦਘਾਟਨ ਹੋਇਆ ਕੀ ਕਹਿੰਦੇ ਦਾ ਉਦਘਾਟਨ ਹੋਇਆ ਜੀ ਸਾਡੇ ਮਤਲਬ ਆਪਣਾ ਗੁਰਮਿੰਦਰ ਸਿੰਘ ਜੀ ਲਾਲੀ ਇਹ ਦੋ ਨੰਬਰ ਵਾਰਡ ਤੋਂ ਨੇ ਹੁਣ ਸਾਡੀ ਜਿਹੜੇ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਰਣਜੀਤ ਕੌਰ ਜੀ ਉਹ ਸਾਡੇ ਤਿੰਨ ਨੰਬਰ ਵਾਰਡ ਤੋਂ ਇਹ ਅੱਛੀ ਬਹੁਤ ਰਹਿਨਮਾਈ ਕਰ ਰਹੇ ਨੇ ਸਾਡੀ ਜੋ ਵੀ ਸਾਡੀ ਦੁੱਖ ਤਕਲੀਫ ਉਹਦੇ ਵਿੱਚ ਸਹਿਮਤ ਰਹਿੰਦੇ ਨੇ ਹਰ ਵੇਲੇ ਸਾਡੇ ਨਾਲ ਇਹ ਕਾਇਮ ਰਹਿੰਦੇ ਨੇ ਕੋਈ ਸਾਨੂੰ ਕਿਸੇ ਪ੍ਰਕਾਰ ਦੀ ਔਕੜ ਨਹੀਂ ਆਉਂਦੀ ਹੈਗੀ ਅਤੇ ਹੁਣ ਇਹ ਦੋ ਗਲੀਆਂ ਰਹਿੰਦੀਆਂ ਸੀ ਬਾਕੀ ਹੋਰ ਗਲੀਆਂ ਜਿਵੇਂ ਦੱਸਿਆ ਵੀ ਟੈਂਡਰ ਪੈ ਚੁੱਕੇ ਨੇ ਗਲੀ ਦੱਬ ਦਬਾ ਗਈ ਹੈ ਠੀਕ ਹੋ ਗਈ ਹੈ ਹੁਣ ਔਰ ਨੌਜਵਾਨ ਨੇ ਅੱਛੇ ਕੰਮ ਕਰ ਰਹੇ ਨੇ ਔਰ ਅਸੀਂ ਅੱਗੋਂ ਵੀ ਸੋਚਾਵਾਂਗੇ ਵੀ ਸਾਡੀ ਰਹਿਨਮਾਈ ਕਰਦੇ ਰਹਿਣ ਅਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਗਲੀਆਂ ਨਾਲੀਆਂ ਟੂਟੀਆਂ ਐਰਾ ਵਗੈਰਾ ਲਾਈਟਾਂ ਬਹੁਤ ਪ੍ਰਬੰਧ ਅੱਛਾ ਚਲਾ ਰਹੇ ਕੋਈ ਕਿਸੇ ਪ੍ਰਕਾਰ ਦੀ ਔਕੜ ਨਹੀਂ ਸਾਡੇ ਦੁੱਖ ਸੁੱਖ ਵਿੱਚ ਵੀ ਸ਼ਾਮਿਲ ਹੁੰਦੇ ਸੋ ਮੈਂ ਇੰਨੀਆਂ ਬੇਨਤੀਆਂ ਕਰਾਂਗਾ ਵੀ ਸਾਡੇ ਬਹੁਤ ਗੁਰਮਿੰਦਰ ਸਿੰਘ ਜੀ ਲਾਲੀ ਜੀ ਜੀ ਰਣਜੀਤ ਜੀ ਕੌਰ ਜੀ ਬਹੁਤ ਅੱਛੀ ਰਹਿਨਮਾਈ ਕਰਦੇ ਰਹਿਣਗੇ ਔਰ ਇਸ ਮੁਹੱਲੇ ਦੇ ਨਿਵਾਸ ਇਹਨਾਂ ਦਮਣਾ ਲਈ ਇਹਨਾਂ ਨੂੰ ਚੇਅਰਮੈਨੀ ਵੀ ਮਿਲੀ ਖੰਨੇ ਦੀ ਹੁਣ ਰਿਟਾਇਰ ਹੋਏ ਨੇ ਚੇਅਰਮੈਨੀ ਤੋਂ ਦੂਸਰੀ ਪਾਰਟੀ ਆ ਗਈ ਕਾਂਗਰਸ ਨੂੰ ਹਟਾ ਦਿੱਤਾ ਦੂਸਰੀ ਪਾਰਟੀ ਨੇ ਆਪਣਾ ਚੇਅਰਮੈਨ ਬਣਾ ਲਿਆ ਔਰ ਅੱਗੋਂ ਵੀ ਆਸ ਰੱਖਣੇ ਆ ਵੀ ਸਾਡੀ ਤਰੱਕੀ 'ਤੇ ਇਹ ਸਾਡੇ ਪ੍ਰਧਾਨ ਜੀ ਜਾਣਗੇ ਔਰ ਕੰਮ ਕਾਜ ਚਾਹਤੇ ਰਹਿਣਗੇ ਸੇਵਕ ਨੇ ਪਹਿਲੀ ਵਾਰੀ ਇਹਨਾਂ ਨੂੰ ਇਹਨਾਂ ਦਾ ਨਾਂ ਲੈ ਕੇ ਅਨਾਊਂਸਮੈਂਟ ਕੀਤਾ ਸੀ ਇਹਨਾਂ ਨੂੰ ਚੁਣਨ ਵਾਸਤੇ ਮੈਂ ਮਤਲਬ ਅਪੀਲ ਕੀਤੀ ਸੀ ਉਸ ਦੇ ਪੂਰੇ ਉਤਰੇ ਨੇ ਪੰਜ ਛੇ ਵਾਰੀ ਇਹਨਾਂ ਨੂੰ ਜਿਤਾਇਆ ਹੈਗਾ ਵੀ ਮੈਂ ਹੀ ਪੋਲਿੰਗ ਏਜੰਟ ਹੁੰਦਾ ਇਹਨਾਂ ਦਾ ਮੈਂ ਹੀ ਇਹਨਾਂ ਦਾ ਗਿਣਤੀ ਵਿੱਚ ਹੁੰਦਾ ਵਾਂ ਅਤੇ ਮੈਂ ਹੀ ਇਹਨਾਂ ਦਾ ਆਪਣਾ ਸਰਪ੍ਰਸਤ ਹੁੰਦਾ ਵਾਂ ਸਭ ਕੁਛ ਮਤਲਬ ਮੇਰੇ 'ਤੇ ਭਰੋਸਾ ਰੱਖਦੇ ਨੇ ਮੈਥੋਂ ਹੀ ਅਰਦਾਸ ਕਰਾਉਂਦੇ ਨੇ ਪੰਜ ਛੇ ਵਾਰੀ ਜਿਹੜੇ ਜਿੱਤੇ ਨੇ ਪੰਜ ਛੇ ਵਾਰੀ ਅਰਦਾਸ ਕਰਦੇ ਜਦੋਂ ਘੱਟ ਵੀ ਕਰਾਉਂਦੇ ਅਤੇ ਮੇਰੇ ਕੋਲ ਹੀ ਕਰਾਉਂਦੇ ਵੀ ਚਲੋ ਮੈਨੂੰ ਇਹ ਬਹੁਤ ਮਾਣ ਸਤਿਕਾਰ ਇਹਨਾਂ 'ਤੇ ਮੈਨੂੰ ਮਾਣ ਦਿੰਦੇ ਨੇ ਬਹੁਤ ਅੱਛਾ ਹੈ ਸਾਡੇ ਬਹੁਤ ਅੱਛੇ ਪ੍ਰਧਾਨ ਨੇ ਸਾਡੇ ਗਲੀ ਮੁਹੱਲੇ ਵਾਲੇ ਵੀ ਬਹੁਤ ਅੱਛੇ ਨੇ ਉਹ ਵੀ ਸਾਨੂੰ ਮਾਣ ਸਤਿਕਾਰ